भी थोड़ा राग गावे जड़ा सरकार दे हक च है वह वधिया ठीक है, जड़ा सरकार दे खिलाफ बोले ना उहदे केस रातां दे नेरियां च खत्म कर दिओ, गोडे ला गया भी ये ताकत सानू वापस आऊ, तुसीं लोकां तक कि वापस आनी है, तुसीं तां लोकां दे चुने नुमाइंदे कठपुतलियां बना ले, हुण SYL कढ ली। मैनूं इक गल दसो, जदों पाणी है नहीं तां नहर कित्थों चलू, पाणी साडा है जी, पाणी साडा, पंजाब साडा, पाणी है नहीं देना किने है, कॉम्प्रोमाइज़ कराते लोग जिहड़े सच्चे लोग लोकां दी आवाज़ चुकदे है उहनां ते तलवार बना के दबाव लटकाता, परिवारां तक गल पहुँच गई, समझ नहीं बाहां मरूड़ियां गईयां। थोनू लगता है भी लैगिसलेचर का दर्जा इन्ना छोटा है कि किसी 2 लाख बंदे कि MP है 15 लाख बंदे का नुमाइंदा है, उन्हें तुम जलील करोगे, फिर कित्थे रहेगी लोगों की ताकत। मैं पुछदा जब तुम लैगिसलेचर की इज्जत नहीं कर सकते, उन्होंने इज्जत नहीं कर सकते जिन्हें कानून बनाया, तो फिर मैं दसो लोगों की ताकत कित्थे रहेगी। लोगों ने ताकत दी थी भी ये ताकत सानू वापस आऊ, तुसीं लोकां तक कि वापस आनी है, तुसीं तां लोकां दे चुने नुमाइंदे कठपुतलियां बना ले, भी थोड़ा राग गावे जिहड़ा सरकार दे हक च है वह वधिया ठीक है, जिहड़ा सरकार दे खिलाफ़ बोले ना उहदे केस रातां दे नेरियां च खत्म कर दिओ, गोडे ला गया ठीक है, जिहड़ा पंजाब दे खातर लड़दा है उहनूं झूठा टंग दिओ। थोनूं लगदा लोकां नूं इह गल समझ नहीं आउंदी, ਇਹ ਗੱਲ ਹੋ ਗਈ। ਇੱਕ ਹੋਰ ਕੋਈ ਮੁੱਦਾ ਤੁਸੀਂ ਪੁੱਛਣਾ ਨਿੱਜੀ ਲੋਕਾਂ ਦੇ ਟਿੱਪਣੀ ਅੰਦਰ? ਹਾਂ, ਮੈਂ ਇੰਨਾ ਜ਼ਰੂਰ ਕਹਿ ਸਕਦਾ ਵੀ ਕਈ ਲੋਕਾਂ ਨੇ ਲਾਇਸੈਂਸ ਲਿੱਤੇ ਇਸ ਸਰਕਾਰ ਤੋਂ, ਪਤਾ ਕਰੋ ਕੌਣ ਨੇ, ਸਭ ਕੁਝ ਨਿਕਲਿਓ। 100-100 ਕਰੋੜ ਦਾ ਜਦੋਂ ਲਾਇਸੈਂਸ ਲੈਂਦਾ ਨਾ ਬੰਦਾ, ਉਹ ਲੁਕਦਾ ਨਹੀਂ, ਉਹ RTI ਪਵਾ ਲਓ। ਮੁੱਦਾ ਭੜਕਾਇਆ ਗਿਆ, ਖੈਰ ਨਾ ਯਾਰ, ਮੁੱਦੇ ਤਾਂ ਬਹੁਤ ਇਹੋ ਜਿਹੇ ਕੱਢੇ ਜਾਂਦੇ ਆ ਜਿਨ੍ਹਾਂ ਦਾ ਸਰੋਕਾਰ ਹੀ ਨਹੀਂ ਹੁੰਦਾ ਕੋਈ। 47,000 ਕਰੋੜ ਮੌਜੂਦਾ ਹਾਲਾਤਾਂ ਦਾ ਅਸਲੀ ਮੁੱਦਾ ਡਾਇਵਰਟ ਕਰਨ ਲਈ ਉਹ ਮੁੱਦੇ ਖੜ੍ਹੇ ਕੀਤੇ ਜਾਂਦੇ ਆ ਜਿਨ੍ਹਾਂ ਦਾ ਵਜੂਦ ਹੀ ਕੋਈ ਨਹੀਂ ਅੱਜ ਦੀ ਡੇਟ ਦੇ ਵਿੱਚ। ਹੁਣ SYL ਕੱਢ ਲਈ। ਮੈਨੂੰ ਇੱਕ ਗੱਲ ਦੱਸੋ, ਜਦੋਂ ਪਾਣੀ ਹੈ ਨਹੀਂ ਤਾਂ ਨਹਿਰ ਕਿੱਥੋਂ ਚੱਲੂ, ਮੈਨੂੰ ਕੋਈ ਸਮਝਾ ਦੇ। ਚਲੋ ਐਂ ਕਰੋ, ਐਂ ਸਮਝਾ ਦੇ ਮੈਨੂੰ ਕੋਈ, ਉਹ ਜਦ ਪਾਣੀ ਹੈ ਨਹੀਂ ਨਹਿਰ ਕਿੱਥੋਂ ਚੱਲੂ, ਮੈਨੂੰ ਸਮਝਾ ਦੇ, ਕੋਈ ਸਮਝਾ ਦੇ। ਫਿਰ ਮੈਨੂੰ ਇਹ ਸਮਝਾ ਦੇ ਵੀ ਗੈਰਤਮੰਦ ਪੰਜਾਬੀ ਜਿਹੜੇ ਆਪਣੇ ਵਤਨ ਦੀ ਮਿੱਟੀ ਨੂੰ ਮਾਂ ਸਮਝਦੇ ਆ, ਜਿਨ੍ਹਾਂ ਨੇ ਸਭ ਤੋਂ ਵੱਧ ਦੇਸ਼ ਨੂੰ ਆਜ਼ਾਦ ਕਰਾਉਣ ਨੂੰ ਬਲੀਦਾਨ ਦਿੱਤਾ, ਜਿਹੜੇ ਢਾਲ ਨੇ, ਜਿਹਨਾਂ ਗ੍ਰੀਨ ਰੈਵੋਲਿਊਸ਼ਨ, ਵਾਈਟ ਰੈਵੋਲਿਊਸ਼ਨ, ਤੁਹਾਨੂੰ ਲੱਗਦਾ ਕਿ ਆਪਣੀ ਪਛਾਣ ਖੋ ਦੇਣਗੇ? ਉਹ ਪੰਜ ਦਰਿਆਵਾਂ ਦਾ ਪੰਜ ਆਬ ਕੀ ਹੈ? ਪੰਜ ਦਰਿਆ, ਪੰਜਾਬ, ਢਾਈ ਰਹਿ ਗਏ। ਮਹਾਰਾਜਾ ਰਣਜੀਤ ਸਿੰਘ ਦਾ ਸੂਬਾ ਸੂਬੀ ਬਣਾਤੀ ਇਹਨੇ ਬਣਾਈ, ਇਹਦੇ ਪਿੱਛੇ ਕੀ ਮਨਸ਼ਾ ਸੀ? ਠੀਕ ਹੈ, ਜਿਹੜੇ ਉਹ ਢਾਈ ਰਹਿ ਗਏ ਉਹਨਾਂ 'ਚ ਪਾਣੀ ਹੈ ਨਹੀਂ। ਅਤੇ ਮੈਨੂੰ ਇਹ ਦੱਸਣ, ਪੰਜਾਬੀ ਭਾਵੇਂ 2% ਹੋਣ, ਉਹਨਾਂ ਦਾ ਬੋਲਬਾਲਾ 80% ਵਰਗਿਆਂ ਦਾ, ਇਸ ਕਰਕੇ ਦੁਨੀਆ ਕੰਬਦੀ ਹੈ। ਛੱਡਿਆ ਕੋਈ ਨਹੀਂ, ਮੱਸੇ ਰੰਗੜ ਨਹੀਂ ਛੱਡੇ, ਅਹਿਮ ਸ਼ਾਹ ਅਬਦਾਲੀ ਨਹੀਂ ਛੱਡੇ, ਅਤੇ ਇਹ ਕਿਹੜੇ ਬਚਣੇ ਆ? ਆ ਕੀ ਰਹੇ ਨਾ ਕੋ, ਜਿਹੜਾ ਪਿਓਰ ਹੋਊਗਾ ਉਹ ਖੜ੍ਹਾ ਰਹੂਗਾ। ਕਿਉਂ ਕਹਿਣਾ? ਇੱਕ ਮਿੰਟ, ਕਿਉਂ ਕਹਿਣਾ ਭਾਈ, ਕਿਉਂ ਕਹਿਣਾ? ਤੁਸੀਂ ਇਹ ਦੇਖੋ, ਕਿਸਾਨ ਅੰਦੋਲਨ ਹੋਇਆ, ਮੈਂ ਕਿੰਨੇ ਕੁ ਬੰਦੇ ਹੋਣਗੇ? ਮੈਂ ਤੁਹਾਨੂੰ ਪੁੱਛਾਂ, ਤੁਹਾਨੂੰ ਤਾਂ ਪ੍ਰੈਸ ਵਾਲਿਆਂ ਤੋਂ ਪੁੱਛਦਾ ਹੀ ਨਹੀਂ ਕੋਈ, ਕਿੰਨੇ ਕੁ ਬੰਦੇ ਹੋਣਗੇ ਉੱਥੇ ਪੰਜਾਬੀ ਜਿਹੜੇ ਬੈਠੇ ਸੀ? ਕਿੰਨੇ ਕੁ ਬੰਦੇ ਹੋਣ? 50,000, 1,00,000, ਠੀਕ ਹੈ, ਵਿਚਾਰੇ ਆਣੇ ਵਾਲੇ ਵੀ ਸੀ। ਇਹ ਜੁੜੇ ਹੋਏ ਬੰਦਿਆਂ ਨੂੰ ਦੇਖ ਨਹੀਂ ਸਕਦੇ ਇਹ, ਠੀਕ ਹੈ ਨਹੀਂ, ਵਿੱਚ ਹਰਿਆਣੇ ਵਾਲੇ ਸੀ। ਜੇ ਉਹਨਾਂ ਨੇ ਸੈਂਟਰ ਦੀਆਂ ਸਰਕਾਰ ਦੀਆਂ ਗੋਡਨੀਆਂ ਲਵਾਤੀਆਂ ਅਤੇ ਇੱਕ ਨੈਸ਼ਨਲ ਲਾਅ ਰਿਪੀਲ ਕਰਾ ਲਿਆ, ਅਤੇ ਤੁਹਾਨੂੰ ਲੱਗਦਾ ਵੀ ਆਪਣੇ ਦਰਿਆਵਾਂ ਦਾ ਪਾਣੀ ਦੇ ਦੇਣਗੇ ਉਹ? ਅਤੇ ਫਿਰ ਮੈਨੂੰ ਇੱਕ ਗੱਲ ਦੱਸ, ਫਿਰ ਐਵੇਂ ਕ੍ਰੈਡਿਟ ਕਾਹਲੀ ਖੱਟੀ ਜਾਂਦੇ ਹੋ? ਪਾਣੀ ਸਾਡਾ ਹੈ ਜੀ, ਪਾਣੀ ਸਾਡਾ, ਪੰਜਾਬ ਸਾਡਾ, ਪਾਣੀ ਹੈ ਨਹੀਂ ਦੇਣਾ ਕਿਹਨੇ ਹੈ? ਫਿਰ ਗੱਲ ਨੂੰ ਸਮਝੋ, ਮੈਂ ਤਾਂ ਦੇਖੋ ਪੋਤੜੇ ਖੋਲਦਾ, ਜਿਵੇਂ ਪਿਆਜ਼ ਦੀਆਂ ਪਰਤਾਂ ਖੁੱਲਦੀਆਂ ਨਾ, ਉੱਦਾਂ ਖੁੱਲਦਾ ਸਾਰਾ ਕੁਛ, ਸਮਝਿਆ ਨਹੀਂ? ਅਖੀਰ ਦੇ ਵਿੱਚ ਮੁੱਦਾ ਇਹ ਹੈ ਕਿ ਪੰਜਾਬ ਦੇ ਲੋਕਾਂ ਦੀ ਇਨਕਮ ਕੌਣ ਖਾ ਰਿਹਾ?